प्यारे विद्यार्थियों सब तो पहला मेरे चैनल बहुत बहुत हो हो 29 जुलाई, 29 जुलाई पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਮਿਸ਼ਨ ਸਮਰੱਥ ਦੇ ਜੋ ਐਗਜ਼ਾਮਸ ਹਨ ਮਿਸ਼ਨ ਸਮਰੱਥ ਦੀ ਜੋ ਐਂਡ ਲਾਈਨ ਟੈਸਟਿੰਗ ਉਹ ਸ਼ੁਰੂ ਹੋ ਚੁੱਕੀ ਹੈ ਜੀ 29 ਜੁਲਾਈ 29 ਜੁਲਾਈ ਨੂੰ ਤੁਹਾਡੇ ਜੋ ਮਿਸ਼ਨ ਸਮਰੱਥ ਦੀ ਟੈਸਟ ਲਾਈਨਿੰਗ ਜੋ ਐਂਡ ਲਾਈਨਿੰਗ ਟੈਸਟਿੰਗ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਲਈ ਵਿਭਾਗ ਵੱਲੋਂ ਭੇਜੇਗਾ ਇੱਕ ਸੈਂਪਲ ਪੇਪਰ ਨੂੰ ਸੋਲਵ ਕਰ ਰਹੇ ਹਾਂ 6ਵੀਂ ਕਲਾਸ ਦੇ ਲਈ 6ਵੀਂ ਕਲਾਸ ਦੇ ਲਈ ਆਪਾਂ ਇਹ ਪੰਜਾਬੀ ਵਿਸ਼ੇ ਦਾ ਇੱਕ ਸੈਂਪਲ ਪੇਪਰ ਸੋਲਵ ਕਰ ਰਹੇ ਹਾਂ ਜੀ ਤੇ 6ਵੀਂ ਕਲਾਸ ਦੇ ਜੋ ਮੈਥ ਵਿਸ਼ੇ ਦਾ ਸੈਂਪਲ ਪੇਪਰ ਹੈ ਉਹ ਪਹਿਲਾਂ ਹੀ ਸੋਲਵ ਕਰਕੇ ਮੈਂ ਚੈਨਲ ਦੇ ਉੱਪਰ ਅਪਲੋਡ ਕਰ ਦਿੱਤਾ ਹੈ ਜੇਕਰ ਬੱਚਿਆਂ ਨੇ ਉਹ ਨਹੀਂ ਦੇਖਿਆ ਤਾਂ ਉਸ ਨੂੰ ਇੱਕ ਵਾਰ ਜੂਰ ਦੇਖ ਲੈਣਾ ਹੈ ਤੇ ਇਸ ਤੋਂ ਹੁਣ ਇੱਕ ਇੰਪੋਰਟੈਂਟ ਜਾਣਕਾਰੀ ਤੁਹਾਡੇ ਲਈ ਹੈ ਕਿ ਜੋ 6ਵੀਂ ਕਲਾਸ ਦੇ ਬੱਚੇ ਹਨ ਉਹਨਾਂ ਨੇ 7ਵੀਂ ਕਲਾਸ ਅਤੇ 8ਵੀਂ ਕਲਾਸ ਦੇ ਵੀ ਜੋ ਪੇਪਰ ਹਨ ਮਿਸ਼ਨ ਸਮਰੱਥ ਦੇ ਵਿੱਚ ਉਹ ਦੇਖ ਕੇ ਜਾਣੇ ਹਨ ਜੀ ਇਦਾਂ ਨਹੀਂ ਹੈ ਕਿ ਤੁਸੀਂ 6ਵੀਂ ਕਲਾਸ ਵਿੱਚ ਹੋ ਤਾਂ ਤੁਸੀਂ ਸਿਰਫ 6ਵੀਂ ਕਲਾਸ ਵਾਲੇ ਪੇਪਰ ਹੀ ਦੇਖ ਕੇ ਜਾਣੇ ਹਨ ਤੁਸੀਂ 7ਵੀਂ ਕਲਾਸ ਦੇ ਜੋ ਪੇਪਰ ਮੈਂ ਅਪਲੋਡ ਕਰ ਰਿਹਾ ਹਾਂ ਤੇ 8ਵੀਂ ਕਲਾਸ ਵਾਲੇ ਜੋ ਪੇਪਰ ਮੈਂ ਅਪਲੋਡ ਕਰ ਰਿਹਾ ਹਾਂ ਉਹ ਪੇਪਰ ਵੀ ਤੁਸੀਂ ਦੇਖ ਕੇ ਜਾਣੇ ਹਨ ਕਿਉਂਕਿ ਸਾਰਿਆਂ ਦਾ ਜੋ ਪੈਟਰਨ ਹੈ ਉਹ ਇੱਕੋ ਜਿਹਾ ਹੀ ਹੈ ਪਹਿਰੇ ਵਿੱਚੋਂ ਕੁਸ਼ਣ ਲੱਭਣੇ ਹਨ ਪੰਜਾਬੀ ਦੇ ਵਿੱਚ ਮੈਥ ਵਿੱਚ ਵੀ ਇੱਕੋ ਜਿਹੇ ਕੁਸ਼ਣ ਹਨ ਤੇ ਇੰਗਲਿਸ਼ ਵਿੱਚ ਵੀ ਕੁਸ਼ਨਸ ਦਾ ਜੋ ਪੈਟਰਨ ਹੈ ਉਹ ਇੱਕੋ ਜਿਹਾ ਹੀ ਹੈ ਇਸ ਲਈ 6ਵੀਂ ਵਾਲਿਆਂ ਨੇ 7ਵੀਂ ਕਲਾਸ ਅਤੇ 8ਵੀਂ ਕਲਾਸ ਵਾਲੇ ਪੇਪਰ ਵੀ ਜੂੜ ਦੇਖ ਕੇ ਜਾਣੇ ਹਨ 6ਵੀਂ ਵਾਲੇ ਪੇਪਰ ਤਾਂ ਦੇਖਣੇ ਹੀ ਦੇਖਣੇ ਹਨ ਪਰ 7ਵੀਂ ਅਤੇ 8ਵੀਂ ਵਾਲੇ ਪੇਪਰ ਵੀ ਜੂੜ ਦੇਖਣੇ ਹਨ ਉਹ ਚਾਹੇ ਮੈਥ ਦਾ ਹੈ ਚਾਹੇ ਪੰਜਾਬੀ ਦਾ ਹੈ ਤੇ ਚਾਹੇ ਉਹ ਇੰਗਲਿਸ਼ ਦਾ ਹੈ ਜੀ ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਸ਼ਣ ਸੋਲਵ ਕਰਦੇ ਹਾਂ ਜੀ ਤੇ ਪਹਿਲਾ ਪ੍ਰਸ਼ਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਪ੍ਰਸ਼ਨ 1 ਤੋਂ ਲੈ ਕੇ 8 ਤੱਕ ਹੀਟਾਂ ਦਿੱਤੇ ਪਹਿਲੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਜੀ ਆਪਣੇ ਕੋ ਤੇ ਇਹ ਪੈਰਾਗ੍ਰਾਫ ਤੁਸੀਂ ਸਟੂਡੈਂਟ ਸਕਰੀਨ ਸ਼ਾਟ ਲੈ ਕੇ ਇਸ ਨੂੰ ਪੜ੍ਹ ਲੈਣਾ ਹੈ ਇੱਕ ਵਾਰੀ ਤੇ ਮੈਂ ਤੁਹਾਨੂੰ ਇਸ ਦੇ ਜੋ ਆਨਸਰਸ ਹਨ ਪਹਿਰੇ ਵਿੱਚੋਂ ਉਹ ਤੁਹਾਨੂੰ ਦੱਸ ਰਿਹਾ ਹਾਂ ਜੀ ਪਹਿਲਾ ਕੁਸ਼ਣ ਆਪਣੇ ਹੈ ਦਰਖਤ ਨੂੰ ਕੱਟ ਕੇ ਉਹਨਾਂ ਨੇ ਕਿਸ ਉੱਪਰ ਲਦਿਆ ਤੇ ਦੇਖੋ ਇਸ ਦੇ ਵਿੱਚ ਹੈ ਜੀ ਗੱਡੀ ਵਿੱਚ ਲਦਿਆ ਤੇ ਇਹ ਆਪਣੇ ਕੋ ਸਸਾ ਆਪਸ਼ਨ ਆ ਜਾਏਗੀ ਜੀ ਇਸੇ ਤਰ੍ਹਾਂ ਕਿਸ ਨੇ ਦਰਖਤ ਨੂੰ ਵੱਢ ਕੇ ਗੱਡੀ ਦੇ ਵਿੱਚ ਲਦਿਆ ਤਾਂ ਉਹ ਹੈ ਜੀ ਲੱਕੜਹਾਰੇ ਨੇ ਤੇ ਇਸ ਦਾ ਆਨਸਰ ਇਹੜਾ ਆ ਜਾਏਗਾ ਲੱਕੜਹਾਰੇ ਨੇ ਅਗਲਾ ਹੈ ਜੀ ਇਹ ਸਾਰੇ ਜੋ ਕੁਐਸਚਨਸ ਆਪਾਂ ਕਰ ਰਹੇ ਹਾਂ ਪੈਰਾਗ੍ਰਾਫ ਦੇ ਵਿੱਚੋਂ ਹੀ ਤੁਸੀ ਲੱਭਣੇ ਹੈ ਜੀ ਖੁਸ਼ੀ ਦੀ ਲਹਿਰ ਕਿੱਥੇ ਦੌੜਨ ਲੱਗੀ ਤੇ ਇਸ ਦਾ ਆਨਸਰ ਆਏਗਾ ਜੰਗਲ ਦੇ ਵਿੱਚ ਇੱਕ ਛੋਟਾ ਜਿਹਾ ਬੋਹੜ ਦਾ ਬੂਟਾ ਕਿੱਥੇ ਉੱਗ ਆਇਆ ਸੀ ਤੇ ਉਹ ਹੈ ਸੀ ਬੋਰਡ ਦੀਆਂ ਜੜਾਂ ਦੇ ਵਿੱਚ ਇਹ ਸਾਰੇ ਕੁਐਸਚਨ ਤੁਸੀਂ ਉੱਪਰ ਜੋ ਪੈਰਾਗ੍ਰਾਫ ਹੈ ਉਸ ਤੋਂ ਉਸ ਵਿੱਚੋਂ ਆਪਾਂ ਪੜ੍ਹ ਕੇ ਹੀ ਲਿਖ ਰਹੇ ਹਾਂ ਦੇਖੋ ਇਸ ਦੇ ਵਿੱਚ ਲਿਖਿਆ ਵੀ ਹੈ ਬੋਰਡ ਬਾਬੇ ਦੀਆਂ ਜੜਾਂ ਵਿੱਚ ਇੱਕ ਛੋਟਾ ਜਿਹਾ ਬੋਰਡ ਦਾ ਬੂਟਾ ਉੱਗਾਇਆ ਸੀ ਤੇ ਜੋ ਵੀ ਕੁਐਸਚਨ ਆਪਾਂ ਇੱਥੇ ਆਨਸਰ ਦੇ ਰਹੇ ਹਾਂ ਉਹ ਉੱਪਰ ਪੈਰਾਗ੍ਰਾਫ ਦੇ ਵਿੱਚੋਂ ਪੜ੍ਹ ਕੇ ਹੀ ਆਪਾਂ ਦੇ ਰਹੇ ਹਾਂ ਜੀ ਇੱਕ ਸਵੇਰ ਖੁਸ਼ੀ ਨਾਲ ਕੌਣ ਚੈੱਕਣ ਲੱਗਾ ਤੇ ਚੈੱਕਣ ਲੱਗਾ ਇੱਕ ਪੰਛੀ ਪੰਛੀ तो आ आज आप खाली था भरते हैं जी खाली था देखो हज़ार डैश बेघर हो गए तो इतने देखो आप आंसर लिखना है हज़ार पशु पक्षी बेकार हो गए पहली अपने को जो खाली थाँ है उस आ जाएगा पशु पक्षी दूसरा देखो जी अपने को उस दैश सुन के सारे इकट्ठे हो गए तो ये देखो जी आ जाएगा अपने को ਉਸ ਦੀ ਆਵਾਜ਼ ਆਵਾਜ਼ ਸੁਣ ਕੇ ਸਾਰੇ ਇਕੱਠੇ ਹੋ ਗਏ ਤੇ ਬਲੈਂਕ ਵਿੱਚ ਆਪਣੇ ਕੋ ਆਵਾਜ਼ ਆ ਜਾਏਗਾ ਜੀ ਇਸੇ ਤਰ੍ਹਾਂ ਅਗਲਾ ਦੇਖੋ ਜੀ ਆਪਣੇ ਕੋ ਅਠਮਾ ਸਾਰਿਆਂ ਨੇ ਡੈਸ਼ ਲੈ ਅਤੇ ਰਹਿਣ ਲੱਗ ਪਏ ਤੇ ਸਾਰਿਆਂ ਨੇ ਕੀ ਲੈ ਜੀ ਸਾਰਿਆਂ ਨੇ ਨਵੇਂ ਘਰ ਲੱਭ ਲੈ ਨਵੇਂ ਘਰ ਲੱਭ ਲੈ ਅਤੇ ਰਹਿਣ ਲੱਗ ਪਏ ਤੇ ਆਪਾਂ ਖਾਲੀ ਥਾਂ ਵਿੱਚ ਭਰਨਾ ਹੈ ਨਵੇਂ ਘਰ ਲੱਭ ਤੇ ਆ ਹੁਣ ਆਪਾਂ ਇਸੇ ਤਰ੍ਹਾਂ ਸੋਣ ਇਹ ਪਹਿਲਾ ਪੈਰਾਗ੍ਰਾਫ ਦੇ ਵਿੱਚੋਂ ਆਪਾਂ ਕੁਐਸਚਨ ਸਾਰੇ ਲੱਭ ਲਏ ਹਨ ਤੇ ਇਹ ਹੁਣ ਆਪਣੇ ਕੋਲ ਦੂਸਰਾ ਪੈਰਾਗ੍ਰਾਫ ਹੈ ਜੀ ਆ ਆ ਹੁਣ ਆਪਾਂ ਦੂਸਰਾ ਪੈਰਾਗ੍ਰਾਫ ਸਟਾਰਟ ਕਰਦੇ ਹਾਂ ਜੀ ਪ੍ਰਸ਼ਨ ਨੰਬਰ 9 ਤੋਂ ਲੈ ਕੇ 15 ਤੱਕ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ 9 ਤੋਂ 11 ਜੋ ਕੁਐਸਚਨ ਹਨ ਉਹਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਤੇ ਮੈਂ ਤੁਹਾਡੇ ਲਈ ਤਿੰਨ ਹੀ ਕੁਐਸਚਨ ਕਰ ਰਿਹਾ ਹਾਂ ਜੀ ਤੇ ਪਹਿਲਾ ਆਪਣੇ ਕੋ ਹੈ ਜੀ ਜਨਮ ਦਿਨ ਕਿਸ ਦਾ ਸੀ ਅਤੇ ਕਿਸ ਕਿਸ ਨੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਪੈਰੇ ਵਿੱਚ ਤੁਹਾਨੂੰ ਪਤਾ ਲੱਗੇਗਾ ਜਨਮ ਦਿਨ ਕਿਸ ਦਾ ਸੀ ਜੀ ਧਰਤੀ ਦਾ ਜਨਮ ਦਿਨ ਸੀ ਤੇ ਕਿਸ ਨੇ ਕਿਸ ਨੇ ਉਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹੈ ਉਹਨਾਂ ਨੇ ਤੇ ਉਸ ਨੂੰ ਆਪਣਾ ਕੋ ਦਿੱਤੀਆਂ ਹੈ ਜੀ ਇੱਕ ਰੁੱਖ ਨੇ ਸ਼ੁਭ ਕਾਮਨਾ ਕਾਮਨਾਵਾਂ ਦਿੱਤੀਆਂ ਹਨ ਫੁੱਲਾਂ ਨੇ तितਲੀ ਨੇ ਅਤੇ ਨਦੀ ਨੇ ਇਸ ਦੇ ਵਿੱਚ ਦੇਖੋ ਨਦੀ ਨੇ ਇਹ ਚਾਰਾਂ ਨੇ ਉਸ ਨੂੰ ਮਿਲ ਕੇ ਸ਼ੁਭ ਕਾਮਨਾਵਾਂ ਦਿੱਤੀਆਂ ਦੇਖੋ ਇਸ ਨੂੰ ਇਸ ਤਰ੍ਹਾਂ ਲਿਖਣਾ ਹੈ ਜੀ ਤੇ ਇਸ ਨੂੰ ਇਸ ਦਾ ਆਨਸਰ ਆਪਾਂ ਇਸ ਤਰ੍ਹਾਂ ਲਿਖਣਾ ਹੈ ਜੀ ਜਨਮ ਦਿਨ ਧਰਤੀ ਦਾ ਸੀ ਰੁੱਖ ਫੁੱਲਾਂ तितਲੀ ਅਤੇ ਨਦੀ ਨੇ ਧਰਤੀ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ तितਲੀ ਜੰਗਲ ਵਿੱਚ ਕੀ ਕਰਦੀ ਰਹੀ ਇਸ ਨੂੰ ਆਪਾਂ ਪੈਰਾਗ੍ਰਾਫ ਦੇ ਵਿੱਚੋਂ ਹੀ ਦੇਖੋ ਲਿਖਣਾ ਹੈ ਜੀ ਤਾਂ ਜੋ तितਲੀ ਹੈ ਜੰਗਲ ਵਿੱਚ ਕੀ ਕਰਦੀ ਰਹੀ ਤੇ ਇਸ ਦਾ ਅਨਸਰ ਆਏਗਾ तितਲੀ ਜੰਗਲ ਦੇ ਸਿਖਰ ਤੇ ਉੱਡ ਗਈ ਉਹ ਉੱਚੀ ਉੱਡਦੀ ਰਹੀ ਉੱਡਦੀ ਰਹੀ ਇਸ ਦਾ ਆਨਸਰ ਹੈ ਜੀ ਦੂਸਰੇ ਕੁਐਸਚਨ ਦਾ ਆਪਣੇ ਕੋ ਤੇ ਆ ਹੁਣ ਆਪਾਂ ਤੀਸਰਾ ਕੁਐਸਚਨ ਦੇਖਦੇ ਹਾਂ ਜੀ ਤੀਸਰਾ ਕੁਐਸਚਨ ਹੈ ਜੀ ਫੁੱਲਾਂ ਨੂੰ ਕਿਸ ਨੇ ਕੁਝ ਕਿਹਾ ਉਸ ਨੂੰ ਕੀ ਲੱਗਦਾ ਹੈ ਕਿ ਕੀ ਕਿਹਾ ਹੋਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਿਹਾ ਹੋਵੇਗਾ ਤੇ ਫੁੱਲਾਂ ਨੂੰ ਦੇਖੋ ਕਿਸ ਨੇ ਕਿਹਾ ਸੀ ਜੀ ਦੇਖੋ ਰੁੱਖ ਨੇ ਫੁੱਲਾਂ ਨੂੰ ਕੁਝ ਕਿਹਾ ਫੁੱਲ ਹੱਸਪੇ ਤੇ ਇਸ ਦਾ ਪਹਿਲਾ ਆਪਾਂ ਲਿਖਣਾ ਹੈ ਫੁੱਲਾਂ ਨੂੰ ਕਿਸ ਨੇ ਕੁਝ ਕਿਹਾ ਤਾਂ ਆਪਾਂ ਇਸ ਦਾ ਅਨਸਰ ਲਿਖਾਂਗੇ ਫੁੱਲਾਂ ਨੂੰ ਰੁੱਖ ਨੇ ਕੁਝ ਕਿਹਾ ਤੇ ਇਸ ਨੂੰ ਇਸ ਦਾ ਅਨਸਰ ਇਸ ਤਰ੍ਹਾਂ ਲਿਖਣਾ ਹੈ ਜੀ ਫੁੱਲਾਂ ਨੂੰ ਰੁੱਖ ਨੇ ਕੁਝ ਕਿਹਾ ਤੇ ਤੁਹਾਨੂੰ ਲੱਗ ਕੀ ਲੱਗਦਾ ਹੈ ਕਿ ਉਸ ਨੇ ਕੀ ਕਿਹਾ ਹੋ ਗਿਆ ਰੁੱਖ ਨੇ ਫੁੱਲਾਂ ਨੂੰ ਧਰਤੀ ਦੇ ਜਨਮ ਦਿਨ ਬਾਰੇ ਦੱਸਿਆ ਤੇ ਆਹ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਸਮੁਲਕਨੇ ਕੋ ਕੁਐਸਚਨ ਹੈ ਜੀ ਸਹੀ ਵਾਕ ਨੂੰ ਇੱਕ ਸਹੀ ਦਾ ਟਿੱਕ ਅਤੇ ਗਲਤ ਵਾਕ ਨੂੰ ਕਰਾਸ ਲਗਾਉਣਾ ਹੈ ਗੱਲਬਾਤ ਦਾ ਸਿਲਸਲਾ ਜੰਗਲ ਵਿੱਚ ਚੱਲ ਰਿਹਾ ਸੀ ਤੇ ਇਹ ਆਪਣੇ ਕੋ ਸਹੀ ਹੈ ਜੀ ਧਰਤੀ ਨਦੀ ਧਰਤੀ ਦੇ ਜਨਮ ਦਿਨ ਤੇ ਨਹੀਂ ਗਈ ਇਹ ਆਪਣੇ ਕੋ ਗਲਤ ਹੈ ਜੀ ਨਦੀ तितਲੀ ਦੀ ਗੱਲ ਸੁਣ ਕੇ ਮੁਸਕੁਰਾਈ ਤੇ ਬਿਲਕੁਲ ਸਹੀ ਹੈ ਜੀ ਹੋਪਸ ਅਨੁਸਾਰ ਹੀ ਜੋ ਕੁਸ਼ਨ ਕਰਵਾਏ ਹਨ ਉੱਚੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਜੇਕਰ ਵੀਡੀਓ ਤੁਹਾਨੂੰ اچھی ਲੱਗੀ ਤੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਜੁੜਵਾ ਕਰ ਲੈਣਾ ਹੈ ਜੀ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਸੋਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ